ਸਤਿ ਸ਼੍ਰੀ ਅਕਾਲ ਦੋਸਤੋ, ਇਹ ਅੱਜ ਜਿਹੜੀ ਆਪਾਂ ਤੁਹਾਨੂੰ ਪਾਰਟ ਦਿਖਾ ਰਹੇ ਹਾਂ ਨਾ, ਇੱਕ ਆਪਣਾ ਯਾਮਾ ਰੀਸਟੋਰ ਕਰ ਰਹੇ ਹਾਂ। ਇਹ ਬਾਈਕ ਭਾਅ ਜੀ ਆਸਟ੍ਰੇਲੀਆ ਬੈਠੇ, ਉਹਨਾਂ ਦਾ ਬਾਈਕ ਹੈ ਅਤੇ ਉਹ ਆਪਣੇ ਬੇਟੇ ਲਈ ਰੈਡੀ ਕਰਵਾ ਰਹੇ ਹਾਂ। ਉਹ ਕਹਿੰਦੇ ਵੀ ਬਾਈਕ ਦੇ ਵਿੱਚ ਕਮੀ ਨਾ ਰਹਿ ਜਾਵੇ, ਜਿਵੇਂ ਕੰਪਨੀ ਤੋਂ ਨਵਾਂ ਆਇਆ ਸੀ ਉੱਦਾਂ ਹੀ ਬਣਾਉਣਾ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਉੱਦਾਂ ਹੀ ਬਣਾਵਾਂਗੇ, ਕੁਛ ਅਪਡੇਟਾਂ ਵੀ ਕਰ ਰਹੇ ਹਾਂ। ਅਤੇ ਆਪਾਂ ਉਹਦੀ ਫਰੰਟ ਸਸਪੈਂਸ਼ਨ ਪੂਰੀ ਨਵੀਂ ਮਿਲਾਈ ਸੀ ਯਾਮਾ ਕੰਪਨੀ ਦੀ, ਉਹ ਵਾਲੀ ਹੈ ਦੇਖ ਸਕਦੇ ਬ੍ਰਾਂਡ ਨੇ ਸ਼ੋਪਰ ਯਾਮਾ ਦੇ ਨੇ, ਕਿਉਂਕਿ ਇਹਦੇ 'ਚ ਡਿਸਕ ਲੱਗਣੀ ਹੈ, ਕੰਪਲੀਟ ਡਿਸਕ ਸੈਟਅਪ ਲੱਗਣਾ ਇਹਦੇ 'ਚ। ਹੈਂਡਲ ਟੀ ਪਲੇਟ ਵੀ ਬਿਲਕੁਲ ਨਵੀਂ ਹੈ, ਬ੍ਰੈਂਡ ਨਿਊ ਕੰਪਨੀ ਦੇ ਪੂਰਾ ਸੈੱਟ ਹੈ ਇਹ ਯਾਮਾ ਜੈਨੂਨ। ਅਤੇ ਇੰਡੋਰੈਂਸ ਦਾ ਸੈੱਟ ਹੈ ਇਹ, ਅਤੇ ਗਲੈਡੀਏਟਰ ਦੀ ਇਹਨੂੰ ਡਿਸਕ ਲੱਗਣੀ ਹੈ, ਉਹ ਪਾਰਟ ਵੀ ਆਪਣੇ ਨੈਕਸਟ ਵੀਡੀਓ 'ਚ ਪਾਵਾਂਗੇ ਆਪਾਂ। ਅਤੇ ਕਰ ਰਹੇ ਹਾਂ ਤਾਂ ਕਰੂੰ, ਕਿਉਂਕਿ ਇਹਨੂੰ ਜਿਹੜੇ ਪੇਂਟ ਜੋਬ ਉਹ ਆਪਾਂ ਇਹ ਕਰਨੀ ਹੈ ਦੁਬਾਰਾ, ਇਹਨੂੰ ਬਲੈਕ ਪੇਂਟ ਨਹੀਂ ਰੱਖਣਾ, ਇਹਨੂੰ ਸਿਲਵਰ ਪੇਂਟ ਕਰਨਾ ਹੈ। ਅਤੇ ਉਹਦੇ ਲਈ ਇਹਨੂੰ ਇਹਦਾ ਪੇਂਟ ਰਿਮੂਵ ਕਰਨਾ ਆਪਾਂ ਸਾਰਾ ਹੈ, ਉਸ ਤੋਂ ਬਾਅਦ ਸਿਲਵਰ ਪੇਂਟ ਹੋਊਗਾ, ਫਿਰ ਬਾਈਕ ਇਹ ਫਿੱਟ ਹੋਊਗਾ। ਅਤੇ ਇਹ ਬਾਈਕ ਆਰ ਐਕਸ ਕਿੰਗ ਬਣ ਰਿਹਾ ਹੈ, ਪੂਰਾ ਵਧੀਆ ਆਪਾਂ ਇਹਦਾ ਟੋਪ ਲੈਵਲ ਦਾ ਕੰਮ ਕਰ ਰਹੇ ਹਾਂ। ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ, ਮੇਰਾ ਚੈਨਲ ਰਿੰਕੂ ਯਾਮਾ ਕਿੰਗ ਜ਼ਰੂਰ ਫੋਲੋ ਕਰੋ।